अज असी आए हैं बाहर सब्जियां लैन वास्ते। गर्मियां दी सब्जियां लगाई हुई असियां, जैसे भिंडियां हो गई, कद्दू है, थोड़ी सब्जियां लगाई हैं। लेकिन अब खाओ ने कद्दू किडे किडे माशाल्लाह लगे ने। वेखो माशाल्लाह अज नहीं जो कोई दोस्त आया तुहाडा? मैं साहब मेरे ख्याल च चोरी नहीं होंदी है, तुसीं अपनियां दोस्तियां भुगतांदे हो। सभा कद्दू किवें बच गए ने? ऐ तां कुछ तोड़ के लै के गया, वाह वड्डे होए ने। बिस्मिल्लाहिर्रहमानिर रहीम जी, अस्सलाम वालेकुम जी, की हाल चाल है तुहाडे? उम्मीद करने हैं जी तुसीं सारे खैरियत नाल होवोगे, अल्लाह पाक जी तुहानूं अपने ज़िम्मान च रखे। अच्छा जी, अज असीं आए हैं बाहर सब्जियां लैण वास्ते। गर्मियां दी सब्जियां लगाईआं होईआं सीआं, जैसे भिंडियां हो गईआं, कद्दू है, थोड़ी जिही सब्जियां लगाईआं। लेकिन घर एक दिन भी नहीं असीं खड़ियां हैं, कोई ना कोई जिहड़ा ना तोड़ के लै जांदा। कुछ है भी कोल मुहल्ला है ते ओह लोक पिंड दे कोल है ते ओह लै जांदे ने, पता नहीं हुण लै के कौन जांदा। घर असीं एक दिन भी नहीं खड़ियां, तुहानूं दिखाईए माशाल्लाह। इह देखो, इह कद्दू लगे होए ने ते अज मैं आई हां। अज है शुक्र है कि लगे हुए ने, लगदा किसी का ध्यान नहीं हले पिया। देखो माशाल्लाह कद्दू काफी बड़ा हो गया, वरना मैं एक दिन नहीं देखा है। हीरा भाई सब्जियां माशाल्लाह कद्दू किड्डे किड्डे लगे ने, ठीक है वल्ला एडे एडे। मैं कहा सब्जी का रेडी हुई ही नहीं है जेडी लाया कि घर आंदे है। ਬਾਜੀ ਲੱਗੀ ਇੱਕ ਦੋ ਦਫਾ ਮੇਰੇ ਦੋਸਤ ਲੈ ਗਏ ਨੇ। ਹਾਂ ਕਿਹੜੇ ਦੋਸਤ? ਅੱਛਾ ਘਰ ਗਈ ਨਹੀਂ ਨਾ ਦੋਸਤਾਂ ਦੇ ਬੋਨੀ ਪਹਿਲੇ ਕਰ ਲਈ ਤੁਸੀਂ? ਬਾਜੀ ਕੁਛ ਨਹੀਂ ਹੁੰਦਾ। ਆਹ ਖਾਓ ਨੇ ਕੱਦੂ ਕਿਡੇ ਕਿਡੇ ਮਾਸ਼ਾਅੱਲਾ ਲੱਗੇ ਨੇ ਵੇਖੋ। ਅੱਜ ਨਹੀਂ ਜੇ ਕੋਈ ਦੋਸਤ ਆਇਆ ਤੁਹਾਡਾ? ਮੈਂ ਸਾਹਿਬ ਮੇਰੇ ਖਿਆਲ ਚ ਚੋਰੀ ਨਹੀਂ ਹੁੰਦੀ ਹੈ, ਤੁਸੀਂ ਆਪਣੀਆਂ ਦੋਸਤੀਆਂ ਭੁਗਤਾਉਂਦੇ ਹੋ। ਮੈਂ ਕਿਹਾ ਚੋਰੀ ਨਹੀਂ ਮਿਲਦਾ ਤੁਹਾਨੂੰ, ਤੁਸੀਂ ਦੋਸਤੀਆਂ ਭੁਗਤਾਉਂਦੇ ਹੋ। ਚਲੋ ਅਸੀਂ ਕੱਦੂ ਵੀ ਅੱਜ ਭਿੰਡੀਆਂ ਭਿੰਡੀਆਂ ਵੀ ਨਹੀਂ ਨਾ ਕਿਸੇ ਦਾ ਫੇਰਾ ਪਿਆ ਹੈ। ਵੇਖੋ ਨੇ ਕਿੰਨੀਆਂ ਸੋਹਣੀਆਂ ਮਾਸ਼ਾਅੱਲਾ ਭਿੰਡੀਆਂ, ਜਿਹੜੇ ਬੂਟੇ ਹੋਏ ਨੇ ਤੇ ਘਰ ਇੱਕ ਦਿਨ ਤੁਸੀਂ ਭਿੰਡੀ ਨਹੀਂ ਲੈ ਕੇ। ਹਾਂ ਤੇ ਕੀ ਕਰੀਏ, ਇੰਨਾ ਦਿਲ ਕਰਦਾ ਤੁਸੀਂ ਲੈ ਕੇ ਦੁਕਾਨੋਂ ਮੰਗਾਉਣ ਵਾਸਤੇ, ਸਬਜ਼ੀ ਪਕਾਉਣੇ ਤੇ ਲੋਕ ਸਾਡੀ ਇੰਜ ਤੋੜ ਤੋੜ ਕੇ ਲਈ ਜਾਂਦੇ ਨੇ, ਤੁਹਾਡਾ ਵੀ ਕੋਈ ਹਾਲ ਨਹੀਂ ਹੈ। ਚਲੋ ਇਸ ਦਫਾ ਕੱਦੂ ਕਿਵੇਂ ਬਚ ਗਏ ਨੇ? ਐਤ ਕਹਿੰਦੇ ਕੋਈ ਤੋੜ ਕੇ ਲੈ ਕੇ ਗਿਆ, ਵਾਹ ਵੱਡੇ ਹੋਏ ਨੇ। ਬਾਜੀ ਅੱਜ ਨਾ ਮੈਂ ਇੱਥੇ ਕੱਦੂ ਨੂੰ ਬਣਿਆ ਨੂੰ ਮਿੱਟੀ ਲਾ ਰਿਹਾ ਵਾਂ ਤੇ ਅੱਜ ਮੈਂ ਸਵੇਰ ਦਾ ਇੱਥੇ ਹੀ ਆ, ਤਾਂ ਨਹੀਂ ਕੋਈ ਨਜ਼ਰ ਪਈ ਕਿਸੇ ਦੀ। ਚਲੋ ਆਓ ਫਿਰ ਅੱਜ ਵੇਰੀਆਂ ਚਲੀਏ। ਆਹੋ ਲੱਭਨੇ ਨੇ ਚੋਰ, ਉੱਥੇ ਜਾ ਕੇ ਬਹਿਨੇ ਨੇ ਇੱਕ ਪਾਸੇ ਹੋ ਕੇ ਬਹਿਨੇ ਆ, ਕਿਹੜਾ ਬੰਦਾ ਤੋੜਦਾ ਇੱਥੇ ਸਭ, ਕਮ ਸੇ ਕਮ ਬੰਦਾ ਪੁੱਛ ਕੇ ਤੇ ਲੈ ਕੇ ਜਾਂਦਾ, ਇੰਜ ਤੋੜ ਕੇ ਲੈ ਜਾਂਦੇ। ਲੈ ਭਾਈ ਅੱਜ ਪੱਠੇ ਵੀ ਗਿੱਲੇ ਹੋਏ ਪਏ ਨੇ, ਮੇਰੀ ਸਲਾਹ ਪੱਠੇ ਬਾਅਦ ਚ ਵੱਢਣਾ, ਪਹਿਲੋਂ ਇਹਨਾਂ ਦੇ ਸਬਜ਼ੀਆਂ ਨੂੰ ਹੱਥ ਮਾਰ ਲਵਾਂ ਇੱਥੇ ਲਾਗੇ, ਤਾਂ ਜੇ ਕੋਈ ਵੀ ਨਹੀਂ ਨਜ਼ਰ ਆਉਂਦਾ ਫਿਰ ਜੇ ਕੋਈ ਹੋਈ ਹੈ ਸ਼ਾਇਦ ਸਾਡੇ ਜੋਗੀ ਹੈ, ਇਹਨਾਂ ਨੇ ਕਿੱਥੋਂ ਖਾਣੀ। ਓਏ ਵਾਹ ਭਾਈ ਵਾਹ, ਕੱਦੂਆਂ ਨੂੰ ਤਾਂ ਫੜੋ ਹਾਂ ਪਹਿਲਾਂ। ਓ ਨੋ, ਇਹ ਪਾਗਲ ਲੋਕ ਹੁੰਦੇ ਨੇ, ਜੋ ਮਰਜ਼ੀ ਲੈ ਲਓ ਇਹਨਾਂ ਕੋਲੋਂ, ਇਹ ਘਰ ਸੁੱਤੇ ਰਹਿਣ ਵਾਲੇ ਬੰਦੇ। ਵਾਹ ਜੀ ਵਾਹ, ਮੌਜਾਂ ਲੱਗ ਗਈਆਂ ਸੀ ਅੱਜ ਤੇ, ਤੂੰ ਹਜੇ ਬੱਚਿਆਂ ਤੈਨੂੰ ਹੋਰ ਦੂਹਦੀਆਂ ਨੂੰ ਖੜਾਂਗਾ। ਭਿੰਡੀਆਂ ਵਾਹ ਵਾਹ, ਮੌਜਾਂ ਹੀ ਮੌਜਾਂ ਸ਼ਾਮ ਸਵੇਰੇ, ਹੁਣ ਮੌਜਾਂ ਹੀ ਮੌਜਾਂ। ਹੋਰ ਵੀ ਕੁਝ ਹੈ ਕਿ ਕੋਈ ਨਹੀਂ? ਬਸ ਤਿੰਨ ਹੀ ਸਨ। ਚਲੋ ਹਾਂਡੀ ਤਾਂ ਫਿਰ ਵੀ ਪਾਕੀ ਜਾਣੀ, ਬਾਕੀ ਇੱਕ ਹੋਰ ਵੀ ਹੈ, ਤੁਸੀਂ ਦੇਖੇ ਪਵੋ। ਤੂੰ ਕੱਲ ਵੀ ਏਡਾ ਸੀ, ਅੱਜ ਵੀ ਏਡਾ ਨੇ, ਇਹ ਨਾਲ ਤੇਰੇ ਬੱਚੇ ਖਲੋਤੇ ਨੇ, ਕੀ ਹੋਰ ਇੱਥੇ ਕਿਤੇ? ਭਿੰਡੀਆਂ ਛਿੰਡੀਆਂ, ਭਿੰਡੀਆਂ ਦੀ ਵਾਰੀ ਬਾਅਦ ਚ, ਪਹਿਲੇ ਕੱਦੂ ਤੇ ਪੂਰੇ ਕਰ ਲਵਾਂ ਮੈਂ। ਅੱਜ ਕੱਦੂ ਗੋਸ਼ਤ ਤੇ ਖਾਣਾ, ਕਿਸੇ ਦੀ ਕੁੱਕੜੀ ਵਿੱਚ। ਓਏ ਹੋਏ ਹੋਏ, ਵਾਹ ਜੀ ਵਾਹ, ਮੌਜਾਂ ਲੱਗ ਗਈਆਂ, ਬਸ ਹੁਣ ਇੱਕ ਕੁੱਕੜੀ ਚੋਰੀ ਕਰਨੀ ਪੈਣੀ ਮੈਨੂੰ। ਤੂੰ ਵੀ ਹਜੇ ਨਿੱਕਾ ਹੀ ਪਿਆਰ ਹੈ, ਤੇਰੀ ਵੀ ਵਾਰੀ ਪਰਸੋਂ ਆਵੇ। ਠੀਕ ਹੋ, ਤੂੰ ਕਿਉਂ ਨੀ ਵੱਡਾ ਹੁੰਦਾ ਪਿਆ ਹੈ? ਤੂੰ ਇਹਦੇ ਹੀ ਰਹਿਣਾ ਹਜੇ? ਮੈਂ ਕੀ ਹੋਰ ਕੋਈ ਹੈ ਇੱਥੇ ਕਿ ਕੋਈ ਨਹੀਂ? ਵਾਹ ਬਾਈ ਵਾਹ, ਇਹ ਹੀਰੇ ਨੇ ਤੇ ਬੜੀਆਂ ਮੌਜਾਂ ਲਵਾਈਆਂ ਨੇ ਮੈਨੂੰ। ਤੂੰ ਵੀ ਨਿੱਕਾ ਹੀ ਹੈ ਜੇ, ਕਿੱਦਣ ਵੱਡਿਆ ਹੋਣਾ? ਕਿੰਨੇ ਅੜੇ ਨੇ ਪਰ ਹੈ, ਪਰਸੋਂ ਵਾਰੀ ਇਹਨਾਂ। ਓਏ ਹੋਏ ਵਾਹ ਬਾਈ ਵਾਹ, ਤੂੰ ਵੀ ਆ ਜਾ, ਤੂੰ ਵੀ ਆ ਜਾ।
अज ते भावे कोई बकरा चोरी करना पिया कुकड़ी छड़ के नहीं तेरी भी अजे परसों वारी पठियां दे विच बन के लका के खड़ांगा कोई वेखे ना इन्हां नूं किहड़ा समझ लगदी भिंडियां ये भिंडियां गोश्त की वारी किदां आउणी ये तो किसी मैनू कोई ऊंट ही ना चोरी करना पवे जिन्हिया के ना सब्जियां ना छड़ियां इत्थे लगू हां ढेर वाह ये तो कुछ वंडांगा महल्ले दे विच छोवा मारांगा ते तुहाडे लई भी लै के आया वा उहनां नूं हुण चुक लवां पिंडे जाइए कुछ हया कर लै अपने आप इहनां नूं कल लै जाई पहले इहनां दा बंदोबस्त कर लै नाले डंगरां दा कर लईए अपना ते हो गया ਏਦਾਂ ਚ ਪਾ ਉੱਥੇ ਰੱਖ ਹੁਣ ਪੱਠਿਆਂ ਦੀਆਂ ਵੀ ਦੋ ਢੇਰੀਆਂ ਵੱਢ ਲੈ ਕਰਤੋਨੇ ਆ ਜੇ ਆ ਇੱਥੇ ਤੂੰ ਚੋਰੀਆਂ ਕਰਨ ਆਉਂਦਾ ਭਲਾ ਚੱਲ ਖੈਰ ਮੇਰ ਕੋਈ ਨੀ ਗੱਲ ਉਹ ਕਿਹੜਾ ਵਹਿੰਦੇ ਪਏ ਨੇ ਨਾਲੇ ਖਾਣ ਪੀਣ ਵਾਲੀ ਚੋਰੀ ਨੀ ਹੁੰਦੀ ਇਹ ਸਵਾਦ ਹੀ ਹੁੰਦਾ ਕੋਈ ਨੀ ਉਧਰੋਂ ਤੁਸੀਂ ਇੱਥੇ ਪਵੋ ਬਿਸਮਿਲਾ ਦੀ ਬਰਕਤ ਲਓ ਬਈ ਮੱਝੋ ਤੁਹਾਡੇ ਲਈ ਬੰਦੋਬਸਤ ਕਰਨ ਲੱਗਾ ਜੇ ਮੈਂ ਬਹਿਰਾ ਜੀ ਨੌਕਰ ਰੱਖ ਲਿਆ ਪੱਠੇ ਵੱਡਣ ਵਾਸਤੇ ਕਿੱਦਾਂ ਰੱਖੇ ਦੱਸੇ ਨੀ ਸਬਜ਼ੀ ਨੂੰ ਲੈ ਗਿਆ ਮੈਂ ਤੇਰਾ ਫਿਰ ਸਬਜ਼ੀ ਤੋੜ ਲਾ ਹੈ ਤੁਸੀਂ ਵੇਖੋ ਕੌਣ ਹੈ ਮੈਂ ਕੱਦੂ ਤੋੜ ਕੇ ਲੈ ਜਾਣੀ ਘਰ ਬਾਬਾ ਪੱਠੇ ਚੋਰੀ ਵੱਢਣ ਦੇ ਨਹੀਂ ਪੱਠੇ ਚੋਰੀ ਤੁਹਾਡੇ ਚੋਰੀ ਵੱਢਣੇ ਹਨ ਹੋਰ ਮੈਂ ਤੇ ਸਾਰਾ ਸਿਆਲ ਚੋਰ ਲੱਭਦਾ ਰਹਿ ਗਿਆ ਚੋਰ ਕਾਹਦਾ ਲੱਭਦਾ ਰਹਿ ਆਪਣੇ ਸਾਡੇ ਪੱਠੇ ਨੇ ਤੁਸੀਂ ਕੋਈ ਬਗਾਨੇ ਹੋ ਸਾਡੇ ਇਹ ਕਦੂ ਮੈਂ ਤੇ ਆਪਣੇ ਸਮਝ ਕੇ ਲੇਲਾ ਇੱਕ ਲਿਆ ਤੇ ਬਣਾਉਣੀ ਲਈ ਲੇਲਾ ਲਿਆ ਤੇ ਭਾਈ ਆ ਤਾਂ ਜਲਦੀ ਆਓ ਜਲਦੀ ਆ ਥੋੜੀ ਦੇਰ 15 20 ਮਿੰਟ ਪਹਿਲੇ ਮੈਂ ਵੇਖ ਗਈ ਤੇ ਕੱਦੂ ਲੱਗੇ ਸਨ ਹੁਣ ਕੱਦੂ ਹੀ ਨਹੀਂ ਰਹੇ ਇੱਥੇ ਕੋਈ ਲੈ ਗਿਆ ਹੱਥ ਸਾਫ਼ ਕਰ ਕੇ ਨਾਲ ਅੱਲਾ ਜਾਨੇ ਕੋਲ ਲੈ ਕੇ ਗਿਆ ਨੇ ਆਲੋ ਸਾਰੇ ਵੇਖ ਲਓ ਨੇ ਇਹ ਤਾਂ ਖਰੇ ਕੋਈ ਪੱਠੇ ਵੱਢਣ ਵਾਲਾ ਹੈ ਇਹਨੇ ਕੀ ਕਹਿਣਾ ਭਾਈ ਹੀਰੇ ਨੂੰ ਪੁੱਛਣੇ ਆਓ ਹਿਸਾਬ ਲਾਓ ਇੱਥੇ ਅਸੀਂ ਰਾਖੀ ਕਰਨ ਬੈਠੇ ਜਾਂਗੇ ਕੋਈ ਸਬਜ਼ੀ ਕਿਹੜਾ ਤੋੜਨ ਦਾ ਵੇਖਾਂਗੇ ਵੇਖੇ ਨੀ ਗਿਆ ਕੌਣ ਤੋੜ ਲਿਆ ਬਹਿਰਾ ਜੀ ਇਹ ਕੀ ਮਾਮਲਾ ਉਹ ਤਾਂ ਸਬਜ਼ੀ ਨੂੰ ਕੋਈ ਹੱਥ ਸਾਫ਼ ਕਰਕੇ ਲੈ ਗਿਆ ਸਾਰੇ ਹੈ ਹਾਂ ਕੱਦੂ ਉੱਥੇ ਹੈ ਹੀ ਨੀ ਮੈਂ ਕਿਹਾ ਚੱਲ ਮੈਂ ਤੋੜ ਕੇ ਘਰ ਲੈ ਆਈ ਜਾਂਦੀ ਤੇ ਬੰਦਾ ਕਦੋਂ ਦਾ ਰੱਖਿਆ ਉਹ ਬੰਦਾ ਬਾਜੀ ਮੇਰਾ ਦੋਸਤ ਬਾਜੀ ਤੇ ਮੈਂ ਮਤਲਬ ਚੋਰੀ ਵੱਢਣ ਦਿਆ ਮੈਂ ਚੋਰੀ ਨਹੀਂ ਉਹ ਲੈਣ ਆ ਰਿਹਾ ਹੈ ਨਾ ਤੁਸੀਂ ਉਹਨੇ ਅੱਜ ਮੈਂ ਵੇਖ ਲਿਆ ਤਾਂ ਤੁਸੀਂ ਮੁਕਰਦੇ ਪਏ ਹੋਗੇ ਦੋਸਤ ਹੈਗਾ ਤਾਂ ਦੋਸਤ ਹੈ ਬਾਜੀ ਮੇਰਾ ਤੇ ਲੈ 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 ਅੱਗੇ ਵੀ ਇੱਥੋਂ ਲੈ ਜਾਣਾ ਪੱਠੇ ਮੈਂ ਆਤਫਾ ਇਧਰ ਆ ਯਾਰ ਇਹਦੀ ਜ਼ਰਾ ਧਵਾਈ ਸਫਾਈ ਕਰੀਏ ਮਾਂਜਾ ਲਈਏ ਤੇ ਉਤੋਂ ਮੇਰਾ ਯਾਰ ਬਣਿਆ ਪੱਠੇ ਚੋਰੀ ਵੱਢਦਾ ਉਹ ਮੈਂ ਦੱਸ ਨੂੰ ਲੜਾਈ ਨਾ ਬਣਾਏ ਭਾਈ ਦਾ ਇਹਦਾ ਮੁੰਡਾ ਜਿਹਾ ਬੰਦਾ ਚਿੱਟੀ ਦੀ ਵਿਚਾਰੇ ਦੀ ਦਾੜੀ ਹੈ ਕਿਉਂ ਉਹਨੂੰ ਤੁਸੀਂ ਹੱਥ ਸਾਫ਼ ਕਰਨੇ ਹੁਣ ਤੇ ਪੱਠੇ ਅਸ਼ਟਾਲੇ ਦੀ ਉਮਰ ਜਿੰਨੀ ਹੋਈ ਤੁਸੀਂ ਮਤਲਬ ਪੱਠਿਆਂ ਦੇ ਮੁੱਠ ਵਾਸਤੇ ਅੰਜ ਕਰਨ ਦੇ ਤੈਨੂੰ ਤਾਂ ਮੈਂ ਬੜਾ ਪੜਿਆ ਲਿਖਿਆ ਬੰਦਾ ਸਮਝਦਾਰ ਸਮਝਦਾ ਤੂੰ ਵੀ ਮਤਲਬ ਆਇਆ ਕੰਮ ਕਰਨ ਦੇ ਬਸ ਠੀਕ ਹੈ ਭਈਆ ਤਫ ਵਿਚਾਰਾ ਵਾਕੀ ਮੌਜੂਦ ਬੰਦਾ ਹੈ ਐਵੇਂ ਖਾਮ ਖਾ ਵਿਚਾਰੇ ਨੂੰ ਤੁਸੀਂ ਮਾਰਨਾ ਆਰਾਮ ਸਕੂਨ ਦੇ ਨਾਲ ਇਹਨੂੰ ਪੁਲਿਸ ਵਾਲੇ ਕੋਲ ਚਲੋ ਤੁਸੀਂ ਆਂਦੇ ਹੋ ਜੀ ਕੀ ਕਹਿੰਦੇ ਤੁਸੀਂ ਫਿਰ ਚੰਗਾ ਬਚਾਣ ਦੇ ਹੋ ਮੈਨੂੰ ਮੈਂ ਕਿੰਨੇ ਕੁ ਪੱਠੇ ਵੜ ਲੈਣ ਜਿਹਦੀ ਵਜ੍ਹਾ ਤੋਂ ਤੁਹਾਨੂੰ ਮੈਨੂੰ ਖਾਣੇ ਦੇਣਾ ਹੈ ਭਾਈ ਬਗੈਰ ਪੁੱਛਿਆ ਪੱਠੇ ਵੱਡੇ ਨੇ ਬਾਜੀ ਇਹ ਚੱਲੇ ਨੇ ਮੈਂ ਤੈਨੂੰ ਬਚਾਤਾ ਗੋਸ਼ਤ ਕਲਾ ਦਾਂਗੇ ਬੋਟੀਆਂ ਦੋ ਇਹਦੇ ਉੱਤੇ ਸਾਨੂੰ ਬੋਟੀਆਂ ਬੁੜੀਆਂ ਹੀ ਚਾਹੀਦੀਆਂ ਐਨ ਸ਼ੁਕਰ ਕਰੇ ਨਾ ਤੁਹਾਡੇ ਤੋਂ ਨਹੀਂ ਲਈ ਹੈ ਪੁਲਿਸ ਦੇ ਵਿੱਚ ਜਾਓ ਆਰਾਮ ਸਕੂਨ ਦੇ ਨਾਲ ਬਹਿਰਾ ਕਰੋ ਉਹਨਾਂ ਨੂੰ ਫੋਨ ਥਾਣੇ ਇਹਨਾਂ ਨੂੰ ਕੱਲੋ ਨੇ ਸਹੀ ਹੈ ਭਾਈ ਉਹ ਤੁਹਾਡੀ ਮਹਿਮਾਨ ਨਵਾਜ਼ੀ ਸਾਡੇ ਨਾਲ ਚੰਗੀ ਕਰਨਗੇ ਇੱਕ ਮੋਠ ਪੱਠਿਆਂ ਦੇ ਵਾਸਤੇ ਅੰਜ ਤੁਸੀਂ ਕਰਨ ਦੇ ਹੋ ਜਿਵੇਂ ਹਰੇ ਮੈਂ ਕਿ ਸਾਰਾ ਵਿਗਾ ਵੱਢ ਲਿਆ ਹੈ ਨਹੀਂ ਭਾਈ ਤੂੰ ਕੀ ਸਾਡੇ ਤੇ ਜਵਾਬ ਦੇ ਰਿਹਾ ਵੇਖੋ ਸਾਰੇ ਸੁੰਡੀਆਂ ਖਾ ਚਲੀਆਂ ਨੇ ਇੱਥੇ ਵੀ ਕਿਸੇ ਨੇ ਸਾਡੇ ਕਿਹੜੇ ਕੰਮ ਦੇ ਸੁੰਡੀਆਂ ਖਾ ਜਾਣਗੇ ਤੇ ਫੇਰ ਉੱਥੇ ਕਿਹੜਾ ਬਈ ਕੁਝ ਤੇ ਲੈਣਾ ਬਾਬਾ ਕੁਝ ਤੇ ਉੱਤਰ ਤੂੰ ਝੂਠ ਮਾਰਨਾ ਕਿ ਮੇਰਾ ਯਾਰ ਹੀ ਰਾ ਤੇ ਤੂੰ ਯਾਰ ਮੇਰਾ ਯਾਰ ਹੀ ਸੈਣਾ ਇੱਕ ਮਿੰਟ ਗੱਲ ਸੁਣ ਮੇਰੇ ਮੋਠ ਵਾਸਤੇ ਤੂੰ ਨਜ਼ਰਾਂ ਬਈ ਖਲੋ ਜੀ ਸਾਡੇ ਦੇ ਅੱਛਾ ਬਾਬਾ ਜੀ ਇੱਕ ਗੱਲ ਤੁਹਾਨੂੰ ਪੁੱਛਣੀ ਹੈ ਸੱਚੀ ਸੱਚੀ ਆਪਣੀ ਇਮਾਨਦਾਰ ਨਾਲ ਦੱਸੋ ਝੂਠ ਨਹੀਂ ਮਾਰਨਾ ਚਲੋ ਪੱਟੇ ਹੋ ਤੇਰੇ ਮਾਫ ਕੀਤੇ ਇਹ ਸਬਜ਼ੀਆਂ ਕਿਦਾਂ ਦੀਆਂ ਖਾਣਨਾ ਸਾਡੀਆਂ ਬਾਜੀ ਇਹ ਕਿਹੜੀ ਗੱਲ ਕਰ ਦਿਓ ਮੈਂ ਸਬਜ਼ੀ ਮਤਲਬ ਕਾ ਤੋਂ ਖੜਨੀ ਮੈਂ ਤਾਂ ਲੈ ਲੈ ਦੇ ਲਈ ਮਤਲਬ ਮੋਠ ਪੱਠੇ ਦੇ ਵੜਨੇ ਤੁਸੀਂ ਹੁਣ ਸਾਰੀਆਂ ਚੋਰੀਆਂ ਮੇਰੇ ਤੇ ਪਾਣੀਆਂ ਨੇ ਤੁਹਾਨੂੰ ਮਾਝੀ ਕੋਈ ਗਵਾਚੀ ਦੇ ਆਖੇ ਬਾਬੇ ਨੇ ਖੜੀ ਹੈ ਤਾਂ ਗੱਲ ਕੋਈ ਨਾ ਤੁਸੀਂ ਤਾਂ ਬਾਈ ਵੇਖੋ ਜਿਹੜੀ ਚੀਜ਼ ਇੱਕ ਚੋਰੀ ਹੋਣੀ ਉਹ ਅਸੀਂ ਤਾਂ ਉਹਦੇ ਤੇ ਇਲਜ਼ਾਮ ਲਾਣਾ ਕੀ ਕਰ ਰਿਹਾ ਬਾਈ ਜਿਹੜਾ ਬੰਦਾ ਸਾਡੀ ਕਾਲੀ ਪੱਠੇ ਚੋਰੀ ਕਰਨ ਆ ਗਿਆ ਉਹ ਸਾਡੀਆਂ ਸਬਜ਼ੀਆਂ ਨਹੀਂ ਚੋਰੀ ਕਰਕੇ ਜਾ ਸਕਦਾ ਬਾਜੀ ਮੈਂ ਸਬਜ਼ੀਆਂ ਕਾਹ ਤੋਂ ਖੜਨੀਆਂ ਮੈਂ ਸਬਜ਼ੀਆਂ ਬੱਚਿਆਂ ਨੂੰ ਚੋਰੀ ਨਹੀਂ ਖਵਾਉਣਾ ਤਲਾਸ਼ੀ ਲੋਹਾਂ ਬਈ ਰਹਿ ਲੈ ਲੈ ਯਾਰ ਤਲਾਸ਼ੀ ਮੈਂ ਜੇਬਾਂ 'ਚ ਪਾ ਲਈਆਂ ਨੇ ਸਬਜ਼ੀਆਂ ਕੋਈ ਸ਼ੈ ਨਹੀਂ ਇਹਦੇ ਕੋਲ ਘਰ ਪਹੁੰਚਾਇਆ ਹੋਣਾ ਪਹਿਲੇ ਪਹਿਲੇ ਫਿਰ ਆ ਕੇ ਪੱਠੇ ਵੱਢਣ ਲੱਗ ਗਿਆ ਹੈਗਾ ਬਾਜੀ ਇਹ ਦੋ ਮੋਠ ਪੱਠਿਆਂ ਦੇ ਵੱਡੇ ਨੇ ਹੁਣ ਤਾਂ
ਕਿਹੜੇ ਕੱਦੂ ਆ? ਚਲੋ ਠੀਕ ਹੈ, ਸਾਡੇ ਚੁੱਕ ਕੇ ਨਾ ਪੱਠੇ ਦੇ ਸਾਡੇ ਟੋਕੇ ਕੇ ਸੱਟ ਫਿਰ। ਚੱਲ ਤੁਹਾਡੀ ਮਿਹਰਬਾਨੀ ਹੈ, ਢੇਰੀ ਪੱਠਿਆਂ ਦੀ ਵੱਡੀ ਹੈ, ਜਾਣ ਦਿਓ ਤੁਸੀਂ ਕਿਉਂ ਮੈਨੂੰ ਮਤਲਬ ਪਰੇਸ਼ਾਨ ਕਰਦੇ ਹੋ ਤੇ ਲੇਲੇ ਲਈ ਧਿਆਨ ਮੈਂ ਲਾਜ਼ਮੀ ਗੋਸ਼ਤ ਬਾਜੀ ਘੱਲਾਂਗਾ ਇਧਰ। ਚੱਲ ਗੋਸ਼ਤ ਭਾਵੇਂ ਨਾ ਘੱਲੀ, ਚੱਲ ਬਾਈ ਦਾ ਦੇ ਦੇਣਾ ਮਾੜਾ ਜੀ ਪੱਠੇ ਵੱਡੇ ਨੇ ਹੁਣ ਕੀ ਅੱਗੋਂ ਨਾ ਸਾਡੀ ਪਹਿਲੀ ਨਜ਼ਰ ਨਾ ਆਈ, ਵਰਨਾ ਮੈਂ ਅੱਗੋਂ ਅਗਰ ਫੜ ਕੇ ਨਾ ਉਹ ਟਾਲੀ ਸਾਡੀ ਨਜ਼ਰ ਆਉਂਦੀ ਉਹ ਟੰਗਾ ਛੱਡਣਾ। ਠੀਕ ਹੈ ਬਾਜੀ, ਮੈਂ ਹਲੋ ਬਹਿਰਾ ਇੱਧਰ ਵੇਖੋ ਕੱਦੂ, ਹਲੋ ਉੱਥੇ ਅਸੀਂ ਲੱਭ ਲੱਭ ਮਰ ਗਏ ਪਾਏ ਦੇ ਬਾਜੀ, ਮੈਂ ਨਹੀਂ ਪਾਏ ਆ ਕੱਦੂ ਹੈ, ਇਹ ਅੱਗੇ ਲੱਗਾ ਸੀ ਪੱਠੇ ਛੱਡਣ ਲਈ ਪਾਏ ਦੇ ਕੱਦੂ ਹੈ। ਵੇਖੋ ਬਹੁਤ ਤੇਰੀ ਅੱਲਾ ਬਾਜੀ, ਇਹਨੇ ਪਾਏ ਦੇ ਸ਼ਰਮ ਨਹੀਂ ਆਈ ਹੈ ਬਾਜੀ, ਇਹਨੇ ਪਾਏ ਦੇ ਕੱਦੂ, ਮੈਂ ਨਹੀਂ ਪਾਏ ਆ ਕੱਦੂ, ਬਾਬੇ ਲਿਆਏ ਸਾਰੀਆਂ ਸਬਜ਼ੀਆਂ ਨੂੰ ਖੜੀਆਂ ਉਦੋਂ ਦੀਆਂ ਤੋੜ ਕੇ ਲੈ ਕੇ ਜਾਂਦਾ ਰਿਹਾ। ਅੱਛਾ ਜੀ, ਤੁਹਾਨੂੰ ਅੱਜ ਸਾਡੀ ਕੈਸੀ ਵੀਡੀਓ ਲੱਗੀ ਤੁਸੀਂ ਲਾਜ਼ਮੀ ਦੱਸਣਾ, ਤੇ ਬਾਬੇ ਜੀ ਹੋਰਾਂ ਨੇ ਕੋਈ ਚੋਰੀ ਨਹੀਂ ਸਨ ਕੀਤੇ ਐਨ ਕੱਦੂ, ਤੇ ਵੈਸੇ ਅਸੀਂ ਫਨ ਕਰ ਰਹੇ ਸੀ ਇੱਕ ਨਾ, ਲੇਕਿਨ ਹੈ ਮੇਰੇ ਹੀ ਨਹੀਂ ਹੈ ਹੁਣ, ਮੈਂ ਇਹਦੀਆਂ ਵਸਤਾਂ ਨਾਲ ਤਰੋੜੇ ਨਾਲ ਵੇਖੋ ਕੱਪੜੇ ਭਰੇ ਨੇ, ਇਹ ਭਾਈ ਚੈੱਕ ਕਰਿਆ ਜਰਾ, ਚੈੱਕ ਕਰੋ ਆ ਤਾਂ ਭਾਈ ਦੀ ਮੱਥੇ ਤੇ ਲਾ ਦੀ ਕੈਸੀ ਲੱਗੀ ਜੀ ਸਭ ਸਾਡੀ ਵੀਡੀਓ, ਤੁਸੀਂ ਲਾਜ਼ਮੀ ਕਰਿਓ, ਕੱਦੂ ਮੈਂ ਫੇਰ ਵੀ ਆ ਕੇ ਜਾਣੇ ਨੇ, ਚਲੋ ਤੁਸੀਂ ਲੈ ਜਾਇਓ ਜੀ। ਅੱਛਾ ਜੇ ਅਗਰ ਕੋਈ ਸਾਡੇ ਤੋਂ ਲਾਇਆ ਸਾਨੂੰ ਪਹਿਲਾਂ ਕਮੈਂਟ ਕਰਿਆ ਸੀ ਜਾਂ ਕੱਦੂ ਉਹਨੂੰ ਵੀ ਦੇ ਸਕਦੇ ਹਾਂ, ਚੰਗੇ ਚੰਗੇ ਕਮੈਂਟ ਕਰਿਆ ਤੇ ਤੁਹਾਡੀ ਮਿਹਰਬਾਨੀ, ਵੀਡੀਓ ਕਹਿੰਦੀ ਲੱਗੀ ਆ ਤੁਸੀਂ ਦੱਸਣਾ, ਤੇ ਇਸ ਤੋਂ ਚੰਗੀ ਵੀਡੀਓ ਇਨਸ਼ਾਅੱਲਾ ਤੁਹਾਨੂੰ ਅੱਗੋਂ ਲੱਭੇਗੀ ਇਨਸ਼ਾਅੱਲਾ, ਸਾਨੂੰ ਤੇ ਇਜਾਜ਼ਤ ਰੱਬ ਰੱਖਾ।